ਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਬੇਨਤੀ ਹੈ। ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਵਾਲ ਸਤਿਗੁਰ ਸਾਖੀਏ ਸੰਤ ਸੰਵਿਧਾਨ ਵਿੱਚ ਆਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਕਰ ਸੇਵਾ ਸੇਵਕ ਪ੍ਰਭ ਆਪਣੇ ਦਿਨ ਮਨ ਕੀਤ ਪੂਜਾ ਜੀ ਨਾਨਕ ਦਾਸ ਦਾ ਕਬਲੇ ਹਰ ਪੂਰਨ ਪੈਜ ਲਖਾਈ ਦੇ ਵਕਤ ਅਨੁਸਾਰ ਆਪ ਜੀ ਦੇ ਪਰਬਤ ਦੇ ਸੇਵਕ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਵਸਦਾ ਸਰਦਾਰ ਕੁਲਵੰਤ ਸਿੰਘ ਮਹਿਤੋ ਆਪ ਜੀ ਦੇ ਸਥਾਨਾਂ 'ਤੇ ਜੀਤ ਲਈ ਅਰਦਾਸ ਬੇਨਤੀ ਕਰਾਈਏ ਪਾਤਸ਼ਾਹ ਜੀ ਜੋ ਮਨੋਕਾਮਨਾ ਕਰਕੇ ਬਸ ਕਰਾਈ ਮਨੋਕਾਮਨਾ ਪੂਰਨ ਕਰਨੇ ਆਉਣ ਵਾਲੇ ਦੁੱਖਾਂ ਤਕਲੀਫ ਬਣਾ ਸਕਣਾ ਪਿੰਡ ਬਸ ਕਰਨਾ ਕਾਰੋਬਾਰ ਵਾਧੇ ਕਰਨੇ ਸਤਿ ਪਾਤਸ਼ਾਹ ਜੀ ਉਹ ਸੇਵਕਾਂ ਨੂੰ ਲੋਕ ਸੰਗਤ ਜੀਤ ਦਿਵਾਨੀ ਪਾਤਸ਼ਾਹ ਪਰਿਵਾਰ ਘਰ ਦੇ ਪਰਮਾਤਮਾ ਨੂੰ ਸੇਵਕ ਦੀ ਕਾਰਜ ਕਰਨੇ ਸੇਵਕੋ ਦੇ ਨਾਮ ਕਾਗ ਨਾਨ ਬਣਾ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਕੰਮ ਸੋਹਤ ਆਖੀਏ ਕਾਰਜ ਦੇ ਸਮਾਨ ਸਤਿਗੁਰ ਸੰਸਥਾ ਸੰਤਾ ਸੰਵਿਧਾਨ ਵਿੱਚ ਆਖੀਏ ਤੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਧੇਨਾ ਸੋ ਐਸਾ ਹਰਤੀ ਆਈ ਹੈ ਮੇਰੇ ਜੀ ਅੜੇ ਤਾ ਸਰਬ ਸੁਖ ਪਾਲੈ ਮੇਰੀ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੈ ਕਾਮ ਧੇਨਾ ਸੋ ਐਸਾ ਹਰਤੀ ਆਈ ਹੈ ਮੇਰੇ ਜੀ ਅੜੇ ਤਾ ਸਰਬ ਸੁਖ ਪਾਲੈ ਮੇਰੀ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਨੂੰ ਪੂਜਲ ਹੋਈ ਹੈ ਨਿਤਿਆਈਏ ਹਰ ਗੁਰੂ ਨਿਰੰਜਨਾ ਰਹਾਉ ਜੈ ਹਰ ਸਿਮਰਨ ਪਿਆ ਤੈ ਉਪਾਦਗਤ ਕਿਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਗੋ ਗੁਰੇ ਮਤ ਦੀਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਪਿਆ ਤੈ ਉਪਾਦਗਤ ਕਿਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਬੋਲੇ ਸੋਨਿਆ ਪਹਿਲਾਂ ਤਾਂ ਮੈਂ ਸਰਦਾਰ ਜੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਪ੍ਰੈਸ ਦੇ ਰਾਹੀਂ ਤੁਸੀਂ ਲੋਕਾਂ ਦੇ ਵਿੱਚ ਸਾਡੇ ਘਰ ਲਿਜਾ ਰਹੇ ਹੋ। ਸਾਰਿਆਂ ਤੋਂ ਪਹਿਲਾਂ ਤੁਹਾਡਾ ਧੰਨਵਾਦ। ਅੱਜ ਮੈਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਕਿ ਮੇਰੀ ਪੀਰ ਦੇ ਮਾਲਕ ਨੇ ਉਹਨਾਂ ਦੀ ਚਰਨ ਛੋਹ ਧਰਤੀ ਦੇ ਉੱਤੋਂ ਉਹਨਾਂ ਤੋਂ ਆਸ਼ੀਰਵਾਦ ਲੈਣ ਦੇ ਲਈ ਨਤਮਸਤਕ ਹੋਣ ਲਈ ਆਇਆ ਤਾਂ ਕਿ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬੀ ਬਖਸ਼ੇ ਅਤੇ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਵੇ। ਵਾਹਿਗੁਰੂ ਜੀ ਕਾ ਖਾਲਸਾ। ਹੁਣ ਉਹਦੇ ਵਿੱਚ ਆਪਣਾ ਕੈਡਰ ਕਿਹਨਾਂ ਦਾ ਭਾਰੀ ਆ, ਕੈਡਰ ਕਿਹਨਾਂ ਦਾ ਭਾਰੀ ਆ, ਬੋਰਡ ਕਿਹਦੇ ਕੋਲੇ ਜਾ ਰਹੇ ਆ, ਬੋਰਡ ਸਾਥੀ ਉਹ ਸਾਰੀ ਵੱਡੀ ਹੋਈ ਆ, ਪਹਿਲਾਂ ਵੀ ਵੱਡੀ ਹੋਈ ਆ, ਪਰ ਸਾਥੀ ਜਿਹੜੇ ਆਪਣੇ 30 ਦਿਨ 31 ਦਿਨ 32 ਦਿਨ ਰਹਿੰਦੇ ਨੇ ਕਿਉਂਕਿ ਸਮਾਂ ਆਪਣੇ ਲਵੇ ਬਹੁਤ ਘੱਟ ਆ। ਆਪਾਂ ਨੂੰ ਸਾਰਿਆਂ ਨੂੰ ਆਪਣੀਆਂ ਵਿਧਾਨ ਸਭਾ ਦੇ ਵਿੱਚ ਚਾਹੇ ਕਿਸੇ ਵੀ ਸੈਕਟਰ ਦੇ ਵਿੱਚ ਡਿਊਟੀ ਲੱਗੀ ਆ, ਜਿਹਨੂੰ ਪਿੰਡ ਸੰਭਾਲਿਆ ਹੋਵੇ ਪਿੰਡ ਸਾਂਭਣਾ, ਕਿਉਂਕਿ ਜਿੰਨਾ ਚਿਰ ਅਸੀਂ ਬੂਥ 'ਤੇ ਮਜ਼ਬੂਤ ਨਹੀਂ ਕਰਦੇ ਹੈਗੇ ਉਹਨਾਂ ਚਿਰ ਅਸੀਂ ਜਿੱਤਣਾ ਸਾਨੂੰ ਮੁਸ਼ਕਿਲ ਹੋ ਜਾਂਦਾ। ਪਰ ਸਾਥੀਓ ਸਾਡੀ ਬੇਨਤੀ ਆ ਵੀ ਇਸ ਵਰਗਾ ਇਸ ਵਾਰ ਜਿਹੜੀ ਇਲੈਕਸ਼ਨ ਹੋ ਰਹੀ ਆ 2024 ਦੀ ਬੜੀ ਸੁਨਹਿਰੀ ਇਲੈਕਸ਼ਨ ਹੋ ਰਹੀ ਆ, ਜੇ ਇਸ ਵਾਰ ਆਪਾਂ ਰਿਜ਼ਲਟ ਨਾ ਵਧੀਆ ਦੇ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਜ਼ਲਟ ਨਹੀਂ ਵਧੀਆ ਆਉਣਾ। ਪਰ ਸਾਥੀਓ ਅਸੀਂ 30 ਦਿਨ ਅਸੀਂ ਦਿੱਤੇ ਅਸੀਂ 5 ਸਾਲ ਦੇ, ਕਿਉਂਕਿ 5 ਸਾਲ ਦੇ ਅਸੀਂ ਮਿਹਨਤ ਕਰਦੇ ਹਾਂ। ਹੁਣ ਸਾਡਾ 1 ਜੂਨ ਨੂੰ ਰਿਜ਼ਲਟ ਤਿਆਰ ਹੋਣਾ, 4 ਜੂਨ ਨੂੰ ਰਿਜ਼ਲਟ ਆਵੇਗਾ, 1 ਜੂਨ ਨੂੰ ਸਾਡੇ ਇਮਤਿਹਾਨ ਹੋਣਾ, ਅਸੀਂ ਪੇਪਰ ਦੇਣੇ ਨੇ, ਅਸੀਂ ਵੋਟਾਂ ਪਾਉਣੀਆਂ ਨੇ, ਅਸੀਂ 5 ਸਾਲ ਦੇ ਸੰਘਰਸ਼ ਕਰਦੇ ਹਾਂ। ਕਦੇ ਅਸੀਂ ਰੈਲੀਆਂ ਕੀਤੀਆਂ ਨੇ, ਵੱਡੀਆਂ ਰੈਲੀਆਂ ਕੀਤੀਆਂ ਨੇ, ਪਰ ਹੁਣ ਸਾਥੀਓ ਉਹ ਇਮਤਿਹਾਨ ਦਾ ਜੋ ਰਿਜ਼ਲਟ ਤਿਆਰ ਹੁੰਦਾ ਉਹ ਸਾਡੇ ਲਈ 30 ਦਿਨ ਬਾਕੀ ਰਹਿੰਦੇ ਨੇ। ਇਹ 30 ਦਿਨ ਬਾਕੀ ਦਿਨਾਂ ਦੇ ਵਿੱਚ ਜਿੰਨੀ ਵੀ ਸਾਡਾ ਜਿਹੜਾ ਕੈਡਰ ਆ, ਸਾਡਾ ਵਰਤਕ ਸਮਰਥਕ, ਚਾਹੇ ਸਾਡਾ ਵੋਟਰ, ਸਾਡੇ ਰਿਸ਼ਤੇਦਾਰਾਂ ਨੂੰ, ਭੈਣ ਭਾਈਆਂ ਨੂੰ, ਦੋਸਤਾਂ ਮਿੱਤਰਾਂ ਨੂੰ, ਕੁਛ ਅਸੀਂ ਜਿਹੜਾ ਸੋਸ਼ਲ ਮੀਡੀਆ 'ਤੇ ਮੋਬਾਈਲਾਂ ਦੇ ਰਾਹੀਂ ਕੁਛ ਅਸੀਂ ਜਿੱਥੇ ਪਹੁੰਚ ਕਰ ਸਕਦੇ ਹਾਂ ਉੱਥੇ ਅਸੀਂ ਜਾ ਕੇ ਸਾਡੇ ਕੈਡਰ ਨੂੰ ਤਿਆਰ ਕਰੀਏ, ਤਾਂ ਕਿ ਅਸੀਂ 1 ਜੂਨ ਨੂੰ ਸਰਦਾਰ ਕਰਮਵੰਤ ਸਿੰਘ ਮਹਿਤੋ ਨੂੰ, ਜੋ ਸ਼ਹੀਦਾਂ ਦੀ ਧਰਤੀ ਆ, ਫਤਿਹਗੜ੍ਹ ਸਾਹਿਬ ਦੀ ਧਰਤੀ ਆ, ਇੱਥੋਂ ਅਸੀਂ 50 ਦੇ ਵਿੱਚ ਜਦੋਂ ਰਿਜ਼ਲਟ ਆਵੇ ਪਹਿਲੀ ਸੀਟ ਜਿੱਤਿਆ ਕੇ ਅਸੀਂ ਇਹਨਾਂ ਨੂੰ ਜਿੱਤਿਆ ਕੇ ਤੈਣ ਕੁਮਾਰੀ ਮਾਰਤੀ ਦੀ ਝੋਲੀ ਦੇ ਵਿੱਚ ਪਾਈਏ, ਉਹਨਾਂ ਦੇ ਹੱਥ ਮਜ਼ਬੂਤ ਕਰੀਏ ਅਤੇ ਜੜੀ ਸਾਹਿਬ ਨੂੰ ਅਸੀਂ ਸੁਨੇਹਾ ਦੇਈਏ, ਉਹਨਾਂ ਨੂੰ ਵੀ ਅਸੀਂ ਸੀਟ ਜਿੱਤ ਕੇ ਪੰਜਾਬ ਦੇ ਵਿੱਚੋਂ ਪਹਿਲੀ ਸੀਟ ਦੇ ਲਈ ਇਸ ਕਰਕੇ, ਕਿਉਂਕਿ ਜਿੰਨੇ ਵੀ ਇੱਥੇ ਅਸੀਂ ਸਾਰੇ ਸਾਥੀ ਬੈਠੇ ਹਾਂ, ਕਿਉਂਕਿ 1 ਮਹੀਨੇ ਦਾ ਸਮਾਂ ਸਾਡੇ ਕੋਲ, 1 ਮਹੀਨੇ ਦੇ ਵਿੱਚ ਅਸੀਂ ਸਾਰਿਆਂ ਨੇ ਪੂਰੀ ਲੋਕ ਸਭਾ ਦੇ ਲਗਭਗ 1200-1300 ਪਿੰਡਾਂ, ਸਾਰੇ ਪਿੰਡਾਂ ਨੂੰ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਕਵਰ ਕਰਨਾ। ਇੱਕ ਬੇਨਤੀ ਆ, ਚਾਹੇ ਉਹਨੂੰ ਹਦਾਇਤ ਸਮਝ ਲਓ ਚਾਹੇ ਹੁਕਮ ਸਮਝ ਲਓ, ਵੀ ਕਿਸੇ ਵੀ ਵਰਕਰ ਨੇ, ਕਿਸੇ ਵੀ ਲੀਡਰ ਨੇ, ਕਿਸੇ ਵੀ ਜਾਤ ਦੇ ਖਿਲਾਫ, ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਅਪਸ਼ਬਦ ਨਹੀਂ ਬੋਲਣਾ, ਕਿਉਂਕਿ 5 ਸਾਲ ਅਸੀਂ ਮਿਸ਼ਨਰੀ ਹੁੰਦੇ ਹਾਂ ਅਤੇ 5 ਸਾਲਾਂ ਦੇ ਵਿੱਚੋਂ 1 ਮਹੀਨਾ ਜਿਹੜਾ ਹੁੰਦਾ ਉਹ ਅਸੀਂ ਰਾਜਨੀਤਿਕ ਹੁੰਦੇ ਹਾਂ, ਅਸੀਂ ਮਿਸ਼ਨਰੀ ਵੀ ਹਾਂ ਅਤੇ ਰਾਜਨੀਤਿਕ ਵੀ ਹਾਂ। ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਹ 1 ਮਹੀਨੇ ਲਈ ਹੁਣ ਆਪਾਂ ਸਾਰੇ ਰਾਜਨੀਤਿਕ ਬਣ ਜਾਈਏ ਅਤੇ ਅੱਗੇ ਆਪਾਂ ਕਰਨਾ ਕਿੱਦਾਂ। ਮੈਂ ਚੌਕਦਾਰਾਂ ਸਾਹਿਬ ਦੀ ਗੱਲ ਨੂੰ ਥੋੜ੍ਹਾ ਜਿਹਾ ਹੋਰ ਵਧਾਉਂਦਾ, ਇਹਨਾਂ ਨੇ ਦੱਸਿਆ ਵੀ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਵਿੱਚ 6 ਪੌਣਾ ਮੁਕਾਬਲਾ,
ਉਹਦੇ ਵਿੱਚ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ, ਕਿਉਂਕਿ ਇਹਨਾਂ 6 ਗੁਣਿਆਂ ਦੇ ਵਿੱਚੋਂ ਮੈਂ ਹੀ ਸਮਝਦਾ ਕਿ ਅਕਾਲੀ ਦਲ ਵੀ ਘੱਟ ਨਹੀਂ, ਕਾਂਗਰਸ ਵੀ ਘੱਟ ਨਹੀਂ, ਆਮ ਆਦਮੀ ਵੀ ਘੱਟ ਨਹੀਂ, ਬੀਜੇਪੀ ਵੀ ਤੁਹਾਨੂੰ ਪਤਾ ਵੀ ਮੰਦਰ ਦਾ ਮੁੱਦਾ ਲੈ ਕੇ ਆਈ ਆ, ਉਹਨਾਂ ਨੇ ਵੀ ਬਹੁਤ ਵੋਟਾਂ ਲਾਈ ਹੋਈਆਂ ਨੇ ਅਤੇ ਅਕਾਲੀ ਦਲ ਮਾਣ ਵੀ ਇੱਥੇ ਬਹੁਤ ਤਕੜਾ, ਕਿਉਂਕਿ 2022 ਦੇ ਵਿੱਚ ਵੀ ਅਕਾਲੀ ਦਲ ਮਾਣ ਵਿੱਚੋਂ ਲਗਭਗ 1 ਲੱਖ ਵੋਟ ਦੇ ਪਈ ਆ। ਅਤੇ ਸਾਡਾ ਟਾਰਗੇਟ ਆ ਜਿਹੜਾ ਹੋਣਾ ਚਾਹੀਦਾ, ਕਿਉਂਕਿ ਅੱਗੇ ਸਾਨੂੰ ਪਤਾ ਸੀ ਵੀ ਅਸੀਂ 4 ਲੱਖ ਵੋਟ ਨਹੀਂ ਲਿਆ ਸਕਦੇ, ਸਾਨੂੰ ਪਤਾ ਸੀ, ਪਰ ਹੁਣ 1 ਲੱਖ ਤਾਂ ਹੈ ਵੀ ਅਸੀਂ ਜੇ 1 ਹਲਕੇ ਦੇ ਵਿੱਚੋਂ 20,000 ਵੋਟ ਲੈ ਜਾਈਏ ਤਾਂ 1,80,000 ਬਣਦੀ ਆ, ਜੇ 1,80,000 ਆਪਾਂ ਲੈ ਜਾਈਏ ਤਾਂ ਮੇਰੇ ਖਿਆਲ 'ਚ ਕੋਈ ਤਾਕਤ ਨਹੀਂ ਵੀ ਆਪਾਂ ਨੂੰ ਕੋਈ ਨਿਰਧਾਰ ਹੋ ਸਕਦਾ। ਹੁਣ ਆਪਾਂ ਮਾਰੂ ਦਾ ਕੀ ਆ, ਕਿਉਂਕਿ ਕੋਈ ਵੀ ਲੜਾਈ ਲੜਦੀ ਹੋਵੇ ਜੰਗ ਦੇ ਮੈਦਾਨ 'ਚ ਜਾਣ ਤੋਂ ਪਹਿਲਾਂ ਆਪਾਂ ਟੇਬਲ 'ਤੇ ਜਿਹੜੀ ਆਪਾਂ ਟੇਬਲ ਟੋਪ ਕਰੀਏ, ਟੇਬਲ ਟੋਪ ਦੇ ਵਿੱਚ ਆਪਾਂ ਟੇਬਲ 'ਤੇ ਆਪਾਂ ਪਲੈਨਿੰਗ ਕਰੀਏ ਵੀ ਆਪਾਂ ਜਿੱਤਣਾ ਕਿੱਦਾਂ, ਕਰਨਾ ਕਿੱਦਾਂ, ਕਿੱਦਾਂ ਆਪਾਂ ਹਲਕੇ 'ਚ ਜਾਣਾ, ਕਿੱਦਾਂ ਪਿੰਡਾਂ ਦੇ ਵਿੱਚ ਜਾਣਾ, ਉਹ ਜਿਹੜੀ ਸਾਰੀ ਪਲੈਨਿੰਗ ਆ ਉਹ ਡਿਟੇਲ ਦੇ ਵਿੱਚ ਜਿਹੜੀਆਂ ਤੁਹਾਨੂੰ ਸਾਰਿਆਂ ਨੂੰ ਅੱਗੇ ਤਰੀਕਾਂ ਦਿੱਤੀਆਂ ਨੇ, 29 ਤਰੀਕ ਨੂੰ 3 ਹਲਕਿਆਂ 'ਤੇ ਜਾਣਾ, 30 ਹਲਕਿਆਂ 'ਤੇ ਜਾਣਾ, 1 ਹਲਕਾ 1 ਤਰੀਕ ਦਾ ਅਤੇ 2 ਤਰੀਕ ਨੂੰ ਥੱਲੇ ਦੀ ਵਿਧਾਨਸਭਾ ਦੀ, ਉਹ ਜਿਹੜੀ ਡਿਟੇਲਡ ਪਲੈਨਿੰਗ ਆ ਉਹ ਆਪਾਂ ਉਸ ਦਿਨ ਆਪਾਂ ਜਿਹੜੀ ਹਲਕੇ ਦੀ ਲੀਡਰਸ਼ਿਪ ਹੋਊਗੀ ਆਪਾਂ 5 ਕਮਰਾ ਮੀਟਿੰਗ ਕਰਾਂਗੇ, ਕੋਈ ਬਾਹਰਲਾ ਸਾਥੀ ਸਿਰਫ ਲੀਡਰਸ਼ਿਪ ਲਾਵਾਂਗੇ ਅਤੇ ਕਿਹੜੇ ਲੀਡਰ ਨੇ ਕਿਵੇਂ ਕੰਮ ਕਰਨਾ, ਕਿਵੇਂ ਪਿੰਡਾਂ 'ਚ ਜਾਣਾ, ਉਹ ਸਾਰਾ ਕਰਨਾ ਸਾਰਿਆਂ ਦੇ ਚਰਨਾਂ ਦੇ ਵਿੱਚ ਕਿ ਮੈਂ ਕੋਈ ਸਿਆਸੀ ਲੀਡਰ ਨਹੀਂ ਸੀ ਅਤੇ ਨਾ ਮਹਾਂ, ਮੈਂ ਤਾਂ ਇੱਕ ਮੁਲਾਜ਼ਮ ਸੀ। ਮੁਲਾਜ਼ਮ ਤੋਂ ਬਾਅਦ ਇੱਕ ਗੱਲ ਮਨ 'ਚ ਜ਼ਰੂਰ ਰਹਿੰਦੀ ਸੀ ਕਿ ਅਸੀਂ ਆਪਣੇ ਜਿਉਂਦੇ ਜੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਲਈ। ਉਹ ਅੱਜ ਦੇਣਾ ਜਿਹੜਾ ਨੇੜੇ ਆਇਆ, ਉਹਨੂੰ ਸਾਰਿਆਂ ਨੂੰ ਬੇਨਤੀ ਕਿ ਤੁਸੀਂ ਸਾਰੇ
ਕੁਲਵੰਤ ਸਿੰਘ ਮਹਿਤੋ ਨਹੀਂ, ਤੁਸੀਂ ਗੜੀ ਸਾਹਿਬ ਬਣ ਕੇ ਸਾਹਿਬ ਕਾਂਸ਼ੀ ਰਾਜ ਦੇ ਸੁਪਨਿਆਂ ਨੂੰ ਪੂਰਾ ਕਰਨਾ, ਡਾਕਟਰ ਅੰਬੇਦਕਰ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕਰਨਾ। ਜੇ ਅੱਜ ਆਪਾਂ ਇਸ ਗੱਲ ਨੂੰ ਤਹੀਆ ਕਰਕੇ ਪਿੰਡਾਂ ਦੇ ਵਿੱਚ ਜਾਵਾਂਗੇ, ਪਿੰਡਾਂ ਦੇ ਵਿੱਚ ਜਾ ਕੇ ਆਪਣੇ ਵਿਹੜਿਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਵੀਰਾਂ ਨੂੰ ਸਤਿਕਾਰ ਦੇਵਾਂਗੇ, ਨੌਜਵਾਨ ਸਾਥੀਆਂ ਨੂੰ ਸਤਿਕਾਰ ਦੇਵਾਂਗੇ, ਤਾਂ ਮੈਂ ਤੁਹਾਨੂੰ ਯਕੀਨ ਦਿੰਦਾ ਕਿ ਝੋਲੀ ਤੁਹਾਡੇ ਦੇ ਵਿੱਚ ਇਹ ਸੀਟ ਪੈਣ ਵਾਲੀ ਹੈ। ਬਹੁਤ ਸਾਰੇ ਰਾਜੇ ਬਾਕੀ ਹੋ ਗਏ ਸੀ, ਉਹਨਾਂ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਲੜੀਆਂ। ਕਿਉਂ ਲੜੀਆਂ ਨੇ? ਉਹ ਕਹਿੰਦਾ ਮੈਂ ਗਰੀਬ ਨਾਥ ਤੋਂ ਦਿਉਂ ਪਾਤਸ਼ਾਹੀ, ਪਿੱਛੋਂ ਸ਼ੁਰੂ ਹੋਈਆਂ ਗੱਲਾਂ ਨੇ, ਦਸੇ ਪਾਤਸ਼ਾਹ ਤੋਂ ਪਹਿਲਾਂ ਦੀ। ਸੋ ਇਸ ਕਰਕੇ ਸਾਥੀਓ, ਆਪਾਂ ਇਹਨਾਂ ਜੰਗਾਂ ਨੂੰ ਪਹਿਲਾਂ ਤਲਵਾਰਾਂ ਦੇ ਨਾਲ ਸੀ, ਹੁਣ ਸਿਰ ਜੋੜ ਕੇ ਗੱਲ ਕਰਨੀ ਹੈ। ਆਪਾਂ ਵੱਧ ਤੋਂ ਵੱਧ ਸਾਥੀਆਂ ਨੂੰ ਜੋੜ ਕੇ ਆਪਣਾ ਰਾਜਪਾਲ ਸਥਾਪਿਤ ਕਰੀਏ। ਅਤੇ 24 ਤਰੀਕ ਦੀ ਰੈਲੀ ਹੈ ਜਿਹੜੀ, ਉਹ ਵੀ ਨਵੇਂ ਸ਼ਹਿਰ ਦੇ ਵਿੱਚ ਹੋਣੀ, ਉਹ ਵੀ ਇਲਾਕਿਆਂ ਦੇ ਪ੍ਰਧਾਨਾਂ ਨੂੰ। ਬੋਲੇ ਸੌ ਨਿਹਾਲ। ਪਹਿਲਾਂ ਤਾਂ ਸਾਰਿਆਂ ਤੋਂ ਮੈਂ ਆਪ ਜੀ ਦਾ, ਭਾਰਤੀ ਜੀ ਦਾ ਅਤੇ ਜਗਤਾਰ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਮੀਟਿੰਗ ਨੂੰ ਕਵਰ ਕਰਨ ਦੇ ਲਈ ਆਪਣਾ ਸਮਾਂ ਕੱਢਿਆ। ਧੰਨਵਾਦ ਤੁਹਾਡਾ ਸਾਰਿਆਂ ਨੂੰ। ਮੈਂ ਆਪਣੇ ਸਮਾਜ ਦੇ ਲੋਕਾਂ ਨੂੰ, ਵੈਸੇ ਤਾਂ 9 ਦੇ 9 ਹਲਕੇ ਅਸੀਂ ਪੂਰੇ ਕਵਰ ਕੀਤੇ ਨੇ, ਬਿਲਕੁਲ ਸਾਰੇ ਹੀ ਲੋਕਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਅਸੀਂ ਵੱਧ ਤੋਂ ਵੱਧ ਸਹਿਯੋਗ ਹੈ ਜਿਹੜਾ ਬਹੁਜਨ ਸਮਾਜ ਪਾਰਟੀ ਦੇਵਾਂਗੇ। ਉਹਦੇ ਵਿੱਚ ਬਹੁਤ ਬੜਾ ਮਾਣ ਮਹਿਸੂਸ ਹੋਇਆ ਅਤੇ ਮੈਂ ਆਸ ਵੀ ਕੀਤੀ ਹੈ ਅਤੇ ਮੈਨੂੰ ਭਰੋਸਾ ਵੀ ਮਿਲਿਆ ਕਿ ਉਹ ਸਾਰੇ ਸਾਥੀ ਮੇਰੇ ਨਾਲ ਚੱਲ ਰਹੇ ਨੇ। ਅਤੇ ਅਸੀਂ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਯਕੀਨ ਦਿੰਦਾ ਇਸ ਗੱਲ ਦਾ ਕਿ ਬਹੁਜਨ ਸਮਾਜ ਪਾਰਟੀ ਸਿਰ ਜਿੱਤ ਕੇ ਪੈਣ ਦੀ ਝੋਲ 'ਚ ਪਾ ਰਹੀ। ਜਿਹੜੇ ਲੋਕ ਪੜ੍ਹੇ ਲਿਖੇ ਮੁੰਡੇ ਨੌਜਵਾਨ ਨੇ ਅੱਜ ਸੋਸ਼ਲ ਮੀਡੀਆ 'ਤੇ ਐਕਟੀਵਿਟੀ ਬੈਠੇ ਰਹਿੰਦੇ, ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ 'ਤੇ ਸਾਡਾ ਨਹੀਂ ਹੈਗਾ, ਉਹਨਾਂ ਨੂੰ ਕੀ ਨੌਜਵਾਨਾਂ ਨੂੰ ਮੈਸੇਜ ਹੋ ਤੁਹਾਡੇ ਵੱਲੋਂ? ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਓ, ਬਹੁਜਨ ਸਮਾਜ ਪਾਰਟੀ ਨਾਲ ਜੁੜੋ। ਤੁਹਾਡਾ ਨੌਕਰੀ ਦਾ ਪ੍ਰਬੰਧ, ਤੁਹਾਡੀ ਸਿੱਖਿਆ ਦਾ ਪ੍ਰਬੰਧ, ਤੁਹਾਡੀ ਹੈਲਥ ਦਾ ਪ੍ਰਬੰਧ, ਬੇਰੁਜ਼ਗਾਰੀ ਦਾ ਪ੍ਰਬੰਧ ਕਰਨਾ ਬਹੁਜਨ ਸਮਾਜ ਪਾਰਟੀ ਦਾ ਪਹਿਲਾ ਕੰਮ।